जिला तरन तारण तहसील पट्टी के अधीन आते पिंड चूसले वार्ड में उस समय विरोध होना शुरू हो गया जो लाइना विच खड़े ट्रकों तो बाहरों लाइना तो सीधे ट्रक कंपनी के गोदामों में जाने लगे। पत्रकारों नाल गलबात करदे ट्रक ड्राइवर ने दस्सिया कि उन्होंने पिछले काफ़ी दिनों तो खज्जल खुआरी का सामना करना पै रहा है। इस कोरोना महामारी के चलद उन्होंने खाण पीण भी काफ़ी परेशानी आ रही है। सब तो वड्डी परेशानी तो यह है कि उन्होंने ट्रक टोकना मुताबिक नहीं अगे जा रहे। उन्हें आख्या कि सिफारशी बंदियां दे ही ट्रक सीधे गोदामों में जा रहे हैं। जदों इस जगह उपर दूजे जिले तो आए ट्रक ड्राइवरों का काफ़ी विरोध होना शुरू हो गया तो मौके उपर पहुंची पट्टी थाने की पुलिस ने सारे ट्रकों दी लाइना चैक करके उन्होंने नंबर सिर गोदामों में भेजना शुरू कर दिता। पुलिस वालों इस सारे माहौल को शांत करवाया गया। इस संबंधी जब थाना मुखी सदर पट्टी नाल गलबात की गई तो उन्हें आख्या कि ट्रक ड्राइवरों को पब्लिक नू किसी भी तरह की परेशानी का सामना ना करना पवे इसलिए इस जगह उपर मुलाजम तैनात किए गए ने। आजाद टीवी न्यूज़ के लिए भिखीविंड तो कमलजीत सिंह की रिपोर्ट। की गलबात हुई है जी? जी असं इतने 5 दिन हो गए असं इतने कणक लैके आए हैं गोदाम के ना तो साड़ी इतने किसी तरह की कोई सुनवाई हो रही है और ना कोई सानू किसी तरह की इतने कोई सुविधा मुहैया की गई है। किन्नी तरीक तो इतने आए? 23 तरीक के इतने खड़े हैं और सानू 2000 रुपया साडा किराया आ जिदे विच घट्टो घट्ट असीं 1000 रुपया होर घरों लिया के इत्थे खा पी चुके हाँ। ना कोई किसी तरह की कोई सुनवाई नहीं, कोई कानून नहीं हैगा। सानू इह प्रशासन उत्ते बेनती आ भी इत्थे कोई ना कोई कानून लागू किए जाण, जिहड़ियां लोकल गड्डियां जिहड़ियां असीं 6 महीनिया पिछों कमाई करन दा साडा कोई साधन है वह भी साडा इत्थे मतलब खराब किया जाता है। ਕਿੰਨੀਆਂ ਗੱਡੀਆਂ ਤੁਹਾਡੇ ਜਿਹੜੀਆਂ ਪਿੰਡ ਦੀਆਂ ਨੇ? ਸਾਡੀਆਂ ਘੱਟ ਤੋਂ ਘੱਟ 50 ਗੱਡੀਆਂ ਇੱਕ ਪਿੰਡ ਦੀਆਂ ਤੇ ਹੋਰ ਜਿਹੜੇ ਪੱਟੀ ਦੇ ਨੇੜੇ ਤੇੜੇ ਦੀਆਂ ਸਾਰੇ ਪਿੰਡਾਂ ਦੀਆਂ ਆਪੋ ਆਪਣੀਆਂ ਗੱਡੀਆਂ ਲੱਗੀਆਂ ਹੀ ਆ ਜਿਹੜੀਆਂ ਅਸੀਂ 6 ਮਹੀਨਿਆਂ ਪਿੱਛੋਂ ਅਸੀਂ ਸੀਜ਼ਨ ਲਾਉਂਦੇ ਹਾਂ। ਇੱਥੇ ਸਾਨੂੰ ਲੌਂਗ ਰੂਟ ਦੀਆਂ ਜਿਹੜੀਆਂ ਲੰਮੀਆਂ ਪ੍ਰਸ਼ਾਸਨ ਨੇ ਗੱਡੀਆਂ ਲਾਈਆਂ ਉਹਨਾਂ ਦੇ ਕਰਕੇ ਸਾਨੂੰ ਬੜੀ ਤਕਲੀਫ ਹੁੰਦੀ ਹੈ। ਤੇ ਕੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਜੀ? ਅਸੀਂ ਤਾਂ ਇਹੀ ਮੰਗ ਕਰਦੇ ਵੀ ਜਿੱਥੇ ਕੋਈ ਕਾਨੂੰਨ ਲਾਗੂ ਕੀਤਾ ਜਾਵੇ, ਸਾਨੂੰ ਟਰੱਕ ਡਰਾਈਵਰਾਂ ਨੂੰ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਮੁਹੱਈਆ ਕੀਤੀ ਜਾਵੇ। ਨਾ ਕੋਈ ਇਹਦੇ ਪ੍ਰੀਕਾਸ਼ਨ ਹੈ ਕਿਸੇ ਤਰ੍ਹਾਂ ਦਾ, ਨਾ ਰੋਟੀ ਹੈ ਨਾ ਪਾਣੀ ਹੈ। ਧੁੱਪ ਦੇ ਵਿੱਚ ਅਸੀਂ ਖਰਾਬ ਹੋ ਰਹੇ ਹਾਂ, ਗੱਡੀਆਂ ਅਸੀਂ ਮੱਛਰ ਇੱਥੇ ਸਾਨੂੰ ਰਾਤ ਦਿਨ ਲੜਦਾ ਆ। ਹਾਂਜੀ, ਅਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹੋ ਬੇਨਤੀ ਹੈ ਵੀ ਸਾਡੀਆਂ ਗੱਡੀਆਂ ਖਾਲੀ ਕੀਤੀਆਂ ਜਾਣ, ਕੋਈ ਕਾਨੂੰਨ ਇੱਥੇ ਵੱਧ ਤੋਂ ਵੱਧ ਚੰਗੀ ਤਰ੍ਹਾਂ ਦਾ ਲਾਗੂ ਕੀਤਾ ਜਾਵੇ ਜਿਹੜਾ ਸਾਡਾ ਸਾਰਿਆਂ ਦਾ ਭਲਾ ਹੋ। ਕੀ ਗੱਲਬਾਤ ਹੋਈ ਹੈ ਸਰ ਜੀ? ਸਰ ਗੱਲਬਾਤ ਇੱਦਾਂ ਵਾ ਵੀ ਆਹ ਵੇਖੋ, ਹਾਂ ਆਹ ਲੰਮੇ ਘੋੜੇ ਆ, ਕੋਈ ਸ਼੍ਰੀਨਗਰ ਤੋਂ ਕੋਈ ਬਿਹਾਰ ਤੋਂ ਕੋਈ ਕਿਤੋਂ ਆਣ ਕੇ ਹੁਣ ਡਰਦੇ ਆਪਦੇ ਪਿੰਡ ਜਾਣ ਦੇ ਮਾਰੇ ਇੱਥੇ ਸਿੱਧੇ ਤੁਰੇ ਆਉਂਦੇ ਆ, ਮੰਡੀਆਂ ਦੇ ਵਿੱਚੋਂ ਕਣਕ ਚੁੱਕੀ ਜਾਂਦੇ ਆ। ਇੱਕ ਪਾਸੇ ਸਰਕਾਰ ਕਹਿੰਦੀ ਵੀ ਅਸੀਂ ਤੁਹਾਨੂੰ ਸੇਫ ਰੱਖਣ ਡਏ ਹਾਂ, ਸੇਫ ਦੱਸੋ ਕਿਹੜੇ ਤਰੀਕੇ ਨਾਲ ਰੱਖਣ ਡਏ ਜੇ ਸਾਨੂੰ? ਆਪਦੇ ਕੋਤਰਾ ਕਹਿਣ ਡੇ ਵੀ ਤੁਸੀਂ ਆਪਦੇ ਘਰਾਂ 'ਚ ਰਹੋ, ਘਰਾਂ 'ਚ ਕਿੱਥੇ ਰਹੀਏ? ਕੋਈ ਨਵੇਂ ਸ਼ਹਿਰ ਦਾ, ਕੋਈ ਜਲੰਧਰ ਦਾ, ਕੋਈ ਉੱਥੋਂ ਜੀਰੇ ਦਾ, ਕੋਈ ਫਿਰੋਜ਼ਪੁਰ ਦਾ ਘੋੜਾ ਇੱਧਰ ਆਣ ਕੇ ਕਣਕ ਢੋਣ ਡਿਆ ਵਾ, ਇਹ ਕਿੱਥੋਂ ਦਾ ਕਾਨੂੰਨ ਆ? ਕੈਪਟਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਕਾਨੂੰਨ ਦੱਸ ਦਿਓ ਇਹ ਕਿਹੜਾ ਜੀ? ਅਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਟਰਾਲੇ ਦੇ ਥੇੜੇ ਲੈ ਕੇ ਆਏ ਜੋ? ਇਹ ਟਰਾਲੇ ਜੀ ਸਾਨੂੰ ਪੰਜ ਚਾਰ ਦਿਨ ਆਪ ਨੂੰ ਹੋ ਗਏ ਜੀ ਇੱਥੇ। ਅਤੇ ਖਾਣ ਪੀਣ ਦਾ ਇੰਤਜ਼ਾਮ ਕਿਸ ਤਰ੍ਹਾਂ ਇੱਥੇ? ਖਾਣ ਪੀਣ ਦਾ ਵੇਖੋ ਜੀ, ਇੱਥੇ ਤੁਸੀਂ ਵੇਖ ਹੀ ਲੈਣਾ ਵਾ, ਇੱਥੇ ਕੋਈ ਨਾ ਕੋਈ ਢਾਬਾ ਨਾ ਕੋਈ ਲਹਿਣਾ ਨਾ ਦੇਣਾ, ਬਹੁਤ ਦਿੱਕਤ ਆ ਜੀ। ਅਤੇ ਕੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਜੀ? ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਜੀ, ਸੇਫ ਰੱਖੋ, ਸੇਫ ਜਿੰਨਾ ਹੋ ਸਕਦਾ ਜੀ। ਬਾਹਰ ਦੇ ਬੰਦੇ ਉਸ ਤਰ੍ਹਾਂ ਆਪਾਂ ਮਨਾਹੀ ਕੀਤੀ ਆਉਣੇ ਅਤੇ ਬਾਹਰ ਦੇ ਬੰਦੇ ਬੰਦ ਕਰੋ, ਬਾਕੀ ਸਾਰੇ ਸੇਫ ਹੋ ਜਾਣਗੇ ਜੀ। ਅਤੇ ਪ੍ਰਸ਼ਾਸਨ ਅਧਿਕਾਰੀ ਕੋਈ ਇੱਥੇ ਮੌਕੇ ਪਰ ਪਹੁੰਚਿਆ ਜੀ? ਪਹੁੰਚਦੇ ਆ ਜੀ, ਆਉਂਦੇ ਆ, ਪਰ ਹੁਣ ਵੇਖੋ ਆਉਣ ਸੁਣਵਾਈ ਆਉਂਦੇ ਆ, ਆਏ ਅੱਜ ਉਹਨਾਂ ਨੂੰ ਇਹੋ ਮੰਗ ਕੀਤੀ ਸਰ ਜੀ, ਕਹਿੰਦੇ ਕੰਟਰੋਲ ਹੋ ਜੂਗਾ। ਵੀ ਜੀ ਤੁਹਾਡਾ? ਕੁਲਵੰਤ ਸਿੰਘ। ਅਤੇ ਕੀ ਕਹਿਣਾ ਚਾਹੋਗੇ ਇੱਥੋਂ ਦੇ ਜਿਹੜਾ ਸੋਮਾ ਕੰਪਨੀ ਦੇ ਇਗਜ਼ਾਮ ਨੇ? ਐਂ ਜੀ, ਅੱਜ 5-5, 6-6 ਦਿਨ ਹੋ ਗਏ ਖਲੋਤਿਆਂ ਨੂੰ, ਠੀਕ ਹੈ, ਕੋਈ ਸਾਡੀ ਸੁਣਵਾਈ ਨਹੀਂ ਹੈਗੀ। ਅਸੀਂ ਭੁੱਖੇ ਮੰਨਦੇ ਹਾਂ, ਕੋਈ ਰੋਟੀ ਨਹੀਂ, ਕੋਈ ਢਾਬਾ ਨਹੀਂ, ਕੋਈ ਪਾਣੀ ਨਹੀਂ, ਕੋਈ ਲਹਿਣਾ ਨਹੀਂ, ਕੋਈ ਦੇਣਾ ਨਹੀਂ। ਅਸੀਂ ਬਹੁਤ ਦੁਖੀ ਹਾਂ, ਅਸੀਂ ਇੰਨੇ ਦੁਖੀ ਹਾਂ, ਗੱਡੀਆਂ ਲਿਆ ਕੇ ਨਾ ਕੋਈ ਸਾਡੀ ਸੁਣਦਾ, ਨਾ ਕੋਈ ਲੈਣਾ, ਨਾ ਕੋਈ ਦੇਣਾ। ਕੋਈ ਆ ਜਿਹਨੂੰ ਗਿੱਦੜ ਗੱਡੀ ਲਾਈ ਦੀ, ਕੋਈ ਆਉਂਦਾ ਇੱਧਰ ਲਾ ਦੇ, ਕੋਈ ਆਉਂਦਾ ਇੱਧਰ ਲਾ ਦੇ, ਉੱਥੋਂ ਫਿਰ ਲੈਣ 'ਚੋਂ ਕਢਾ ਦਿੰਦੇ ਆ, ਫਿਰ ਧੱਕੇ ਖਾ ਕੇ ਭੰਨ ਬਣਾ ਕੇ ਫਿਰ ਉੱਥੇ ਵਾੜ ਦੀ ਦੀ ਆ, ਕੋਈ ਨਹੀਂ ਸਾਡੀ ਸੁਣਦਾ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ? ਸਾਨੂੰ ਅੱਜ ਹੋ ਗਏ 6-6 ਦਿਨ। ਅਤੇ ਪ੍ਰਸ਼ਾਸਨ ਅਧਿਕਾਰੀ ਮੌਕੇ 'ਤੇ ਪਹੁੰਚੇ ਨੇ? ਕੋਈ ਨਹੀਂ ਪਹੁੰਚਿਆ ਸਾਡੇ ਕੋਲ। ਅਤੇ ਕੀ ਮੰਗ ਕਰਦੇ ਜੀ? ਮੰਗ ਇਹੋ ਕਰਦੇ ਹਾਂ ਵੀ ਸਾਡੇ ਨਾਲ ਧੱਕਾ ਨਾ ਹੋਵੇ, ਤੇ ਲੈਣ 'ਚ ਤੁਰੀਆਂ ਜਾਣ, ਕੋਈ ਕਿਤੋਂ ਦੀ ਗੱਡੀ ਆਈ, ਕੋਈ ਕਿਤੋਂ ਦਾ ਡਰਾਈਵਰ, ਕੋਈ ਕਿਤੋਂ ਲਾਇਆ ਵਾ, ਕੋਈ ਫਿਰੋਜ਼ਪੁਰ, ਕੋਈ ਜੀਰੇ ਦਾ, ਕੋਈ ਇੱਧਰ ਦਾ, ਬਿਮਾਰੀਆਂ ਕੋਈ ਬਿਮਾਰੀ ਜੋ ਅਸੀਂ ਵੀ ਬਚਣ, ਇਹ ਸਰਕਾਰਾਂ ਦੀ ਬਚੇ, ਕੋਈ ਅਸੀਂ ਬਚਣਾ ਕੀ ਖੇ ਆ ਜਦੋਂ ਬਾਹਰ ਬਾਹਰ ਦੇ ਡਰਾਈਵਰ ਤੁਰੇ ਆਏ। ਇੱਕ ਸੋਮਾ ਕੰਪਨੀ ਦੇ ਜੋ ਆਪਣੇ ਗੋਦਾਮ ਨੇ, ਇਹਨਾਂ ਦੇ ਕਾਫੀ ਦਿਨਾਂ ਤੋਂ ਟਰੱਕ ਖੜੇ ਨੇ, ਟਰੱਕ ਮਾਲਕ ਦਾ ਕਹਿਣਾ ਕਿ ਸਾਡੇ ਟਰੱਕ ਕਾਫੀ ਦਿਨਾਂ ਤੋਂ ਖੜੇ ਨੇ ਅਤੇ ਸਾਨੂੰ ਜਿਹੜਾ ਵਾ ਸੋਮਾ ਕੰਪਨੀ ਦੇ ਅੰਦਰ ਐਂਟਰ ਨਹੀਂ ਹੁੰਦਾ ਜਾ ਰਿਹਾ, ਸਾਰੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇਹੋ ਜਿਹੀ ਕੋਈ ਗੱਲ ਨਹੀਂ, ਕੋਈ ਲਾਈਨ ਲੱਗੀ ਆ, ਲਾਈਨ ਸਰ ਜਿਹਦੀ ਵਾਰੀ ਹੁੰਦੀ ਹੈ, ਕੁਛ ਸਪੈਸ਼ਲ ਕਰਕੇ ਪ੍ਰੋਬਲਮ ਆ ਰਹੀ, ਜਿਹਦੇ ਸਪੈਸ਼ਲ ਲੱਗ ਜਾਂਦੀ ਉਹ ਦਿਨ ਥੋੜ੍ਹੀ ਪ੍ਰੋਬਲਮ ਆਉਂਦੀ ਆ, ਅਦਰਵਾਈਜ਼ ਤਾਂ ਸਿਸਟਮੈਟਿਕ ਕੰਮ ਚੱਲੀ ਜਾ ਰਿਹਾ।
ਤੇ ਸਰ ਕਿੰਨੇ ਮੁਲਾਜ਼ਮ ਇੱਥੇ ਤੈਨਾਤ ਕੀਤੇ ਹੋਏ ਨੇ ਡਿਊਟੀ ਤੇ? ਚਾਰ ਮੁਲਾਜ਼ਮ ਕੀਤੇ ਆ ਤੈਨਾਤ ਆਪਾਂ ਆਪਣੇ ਕੀਤੇ ਆ, ਬਸ ਅਸੀਂ ਕੀਤੇ ਆ ਕਿ ਸੋਸ਼ਲ ਡਿਸਟੈਂਸਿੰਗ ਨਾ ਹੋਵੇ ਨਾ ਕਰਫਿਊ ਲੰਘਣਾ ਨਾ ਹੋਵੇ, ਬਾਕੀ ਜਿਹੜਾ ਉਹ ਅੰਦਰ ਵਾੜਨ ਦਾ ਜਾਂ ਕੱਢਣ ਦਾ ਕੰਮ ਉਹਨਾਂ ਦਾ ਆਪਣਾ ਹੀ ਸੋਮਾ ਕੰਪਨੀ ਦਾ ਜੀ। ਠੀਕ ਹੈ, ਇਸ ਵਾਰ ਸਰ ਕੋਈ ਕੰਪਨੀ ਵੱਲੋਂ ਕੀ ਰੂਲ ਬਣਾਏ ਗਏ ਨੇ ਜਾਂ ਕੋਈ ਟੋਕਨ ਵਗੈਰਾ ਦਿੱਤੇ ਗਏ ਨੇ ਜਾਂ ਪ੍ਰਸ਼ਾਸਨ ਅਧਿਕਾਰੀਆਂ ਦੀ ਮਦਦ ਵਾਸਤੇ ਇਹਨਾਂ ਨੇ ਕੰਪਨੀ ਨੇ ਕੁਝ ਤੁਹਾਨੂੰ ਅਪਲਾਈ ਕੀਤਾ ਹੋਇਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਤੁਸੀਂ, ਕਿਉਂਕਿ ਕਾਫੀ ਸਾਰੇ ਜਿਹੜਾ ਕੰਮ ਹੋ ਰਿਹਾ ਇਸ ਟਾਈਮ 'ਤੇ? ਇਹ ਤਾਂ ਉਹਨਾਂ ਦਾ ਆਪਣਾ ਹੀ ਕੰਮ ਹੈ, ਅਸੀਂ ਤਾਂ ਬਸ ਜਿਹੜਾ ਲੋਕਾਂ ਨੂੰ ਦੂਰ ਦੂਰ ਬਣਾ ਕੇ ਰੱਖਣ ਬਾਰੇ ਜਾਂ ਕਰਫਿਊ ਬਾਰੇ ਜਾਂ ਕਰੋਨਾ ਵਾਇਰਸ ਬਾਰੇ ਜਾਣੂ ਕਰਾ ਰਹੇ ਹਾਂ, ਜਾਗਰੂਕ ਕਰਾ ਰਹੇ ਹਾਂ ਅਤੇ ਲਾਈਨ ਸਿਸਟਮ 'ਚ ਚਲਾ ਰਹੇ ਹਾਂ ਜੋ ਕਿ ਚੱਲ ਰਿਹਾ।